ਜੱਟ ਵਿਗੜ ਗਿਆ। ਇਹ ਆ ਜੀ ਜੈ ਰੰਧਾਵਾ ਦੀ ਨਵੀਂ ਆ ਰਹੀ ਫਿਲਮ ਜਿਸਦਾ ਟਾਈਟਲ ਹੈ ਜੇ ਜੱਟ ਵਿਗੜ ਗਿਆ। ਫਿਲਮ ਰੋਮਾਂਟਿਕ ਅਤੇ ਐਕਸ਼ਨ ਹੋਣ ਵਾਲੀ ਹੈ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਿਲਮ ਦੀ ਡਾਇਰੈਕਸ਼ਨ ਬਾਰੇ। ਜੇ ਜੱਟ ਵਿਗੜ ਗਿਆ ਫਿਲਮ ਨੂੰ ਡਾਇਰੈਕਟ ਕਰਿਆ ਜੀ ਮਨੀਸ਼ ਭੱਟ ਨੇ, ਅਤੇ ਫਿਲਮ ਦੀ ਸਟੋਰੀ ਲਿਖੀ ਹੈ ਜਨਾਰਦਨ ਮਹਾਰਿਸ਼ੀ ਨੇ, ਅਤੇ ਫਿਲਮ ਦਾ ਸਕਰੀਨ ਪਲੇ ਅਤੇ ਡਾਇਲੋਗ ਹੈ ਅਮਰਜੀਤ ਸਿੰਘ ਸਰੋਂ ਦੇ, ਅਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਦਲਜੀਤ ਥਿੰਦ, ਅਤੇ ਫਿਲਮ ਦੇ ਕੋ ਪ੍ਰੋਡਿਊਸਰ ਨੇ ਜੱਗ ਬੋਪਾ ਰਾਏ ਐਂਡ ਅਮਰਜੀਤ ਸਿੰਘ ਸਰੋਂ, ਅਤੇ ਫਿਲਮ ਦੇ ਵਿੱਚ ਲੀਡ 'ਤੇ ਨਜ਼ਰ ਆਉਣਗੇ ਜੈ ਰੰਧਾਵਾ, ਦੀਪ ਸਹਿਗਲ, ਪਵਨ ਮਲਹੋਤਰਾ, ਗੁਰਦੀਪ ਗਰੇਵਾਲ, ਅਭੇਅਤਰੀ, ਅਮਨ ਸੂਤਰਧਾਰ, ਚੰਨੀ ਅਤੇ ਹੋਰ ਵੀ ਕਈ ਅਦਾਕਾਰ ਫਿਲਮ ਦੇ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਵਿੱਚ ਰੋਮਾਂਸ ਵੀ ਹੈ ਅਤੇ ਫਿਲਮ ਦੇ ਵਿੱਚ ਬਹੁਤ ਘੈਂਟ ਐਕਸ਼ਨ ਸੀਨ ਵੀ ਫਿਲਮਾਏ ਗਏ ਨੇ। ਟ੍ਰੇਲਰ ਇਸ ਫਿਲਮ ਦਾ ਰਿਲੀਜ਼ ਹੋ ਚੁੱਕਿਆ ਅਤੇ ਇਹ ਫਿਲਮ 17 ਮਈ 2024 ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ। ਹੋਰ ਅਪਡੇਟ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਥੈਂਕ ਯੂ ਸੋ ਮੱਚ ਜੇ ਡੀ ਫਿਲਮਸ।